ਸਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵੀਰ ਜੀ ਆਪਣੀ ਵਿਜਿਟ ਹੈਗੀ ਆ ਪਿੰਡ ਮੱਤੇਵਾਲ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਹਿਸੀਲ ਬਾਬਾ ਬਕਾਲਾ। ਬਾਈ ਨਿੰਮੇ ਲੱਗ ਪਹੁੰਚ ਚੁੱਕੇ ਜੀ ਅੱਜ ਫਿਰ ਆਪਾਂ ਅੱਜ ਬਾਈਆਂ ਕੋਈ ਅਰਦਾਸ ਦੇ ਲੈ ਕੇ ਪੰਜਾ ਸੇਲ ਹੈ ਜੀ ਪੂਰੀਆਂ ਵੱਡੀਆਂ ਵੱਡੀਆਂ ਨਾਲੇ ਦੁੰਦੀਆਂ ਜਿਹਨਾਂ ਦੁੱਧ ਥੱਲੇ ਕੋਈ 14-15 ਲੀਟਰ ਲਗਭਗ ਹੈ ਜੀ। ਅਤੇ ਆਓ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਕਿੰਨੇ ਪ੍ਰਾਈਜ਼ ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰਨ ਤੋਂ ਪਹਿਲਾਂ ਕਿ ਚਵਾਈ ਕਰੋ ਪਾਸ ਕਰੋ ਪੂਰੀ ਤਸੱਲੀ ਨਾਲ ਖਰੀਦੋ। ਬਾਬਾ ਜੀ ਇਹ ਬੇਨਤੀ ਕਰਦੇ ਤੁਹਾਡੇ ਅੱਗੇ ਕਿ ਚਵਾਈ ਜ਼ਰੂਰ ਕਰੋ ਨਾਲੇ ਵੀਡੀਓ ਬਾਤ ਸ਼ੇਅਰ ਕਰਦਿਆ ਕਰੋ ਚਲੋ ਅਗਾਂਹ ਵੀ ਕਿਸੇ ਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ। ਭਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ। ਸੁਨੀਪ ਜੀ ਹੋਰ ਬਾਈ ਜੀ ਕਿੱਦਾਂ ਜੀ? ਵਧੀਆ ਵਧੀਆ। ਸੁਨੀਪ ਸਿੰਘ ਪੂਰਾ ਗੱਜ ਕੇ ਗੱਲ ਇਦਾਂ ਵਾ ਵੀ ਬੋਲਿਆ ਕਰ ਕੀ ਗੱਲ ਢੱਲਾ ਜਾ ਕੇ। ਨਹੀਂ ਮੈਂ ਬਾਈ ਜੀ ਪੂਰਾ ਗੱਜ ਕੇ ਅੱਜ ਜਾਉਂਦਾ ਕੋਈ ਢੱਲਾ ਢੱਲਾ ਜਾ। ਨਹੀਂ ਨਹੀਂ ਪੂਰਾ ਕੈਮ ਕੈਮ ਪੂਰੇ ਜੀ ਪੂਰਾ ਕੋਈ ਗੱਲ ਹੀ ਨਹੀਂ ਗੱਲ ਇਦਾਂ ਵਾ ਵੀ ਸੁਨੀਪ ਸਿੰਘ ਮਲਕੇ ਤੇਰੀ ਤੇ ਆਵਾਜ਼ ਬੜੀ ਬਲਕੇ ਬੜੇ ਬੰਦੇ ਬੁਰ ਬਾਹਰੋਂ ਹਨ ਫੀਲ ਕਰਦੇ ਆ। ਹਾਂਜੀ ਹਾਂਜੀ ਇਹ ਸੰਦੀਪ ਸੋਹਣੀ ਉਹ ਗੱਲ ਬੜੀ ਮਲਕੇ ਗੱਲ ਇਦਾਂ ਵਾ ਵੀ ਬਹੁਤ ਵਧੀਆ ਹਨ ਲੱਗਦੀ ਹੈ ਜਿਹੜੀ ਕਹਿ ਦਿੰਦਾ ਵਾ ਜੀ ਅੱਜ ਦਾ ਵਿਜਿਟ ਦੀ ਗੱਲ ਇਦਾਂ ਵਾ ਵੀ ਫਲਾਣੇ ਪਿੰਡ ਦਾ। ਹਾਂਜੀ 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 ਬੜਾ ਬੜਾ ਬੰਦੇ ਖੁਸ਼ ਹੋ ਕੇ ਗੱਲ ਕਰਦੇ ਆ। ਬਿਲਕੁਲ ਭਾਜੀ ਬਿਲਕੁਲ ਤੇਰਾ ਹੀ ਧੰਨਵਾਦ ਆ ਜਿਹੜਾ ਸਾਨੂੰ ਇੱਥੋਂ ਤੱਕ ਪਹੁੰਚਾਇਆ। ਚਲੋ ਭਾਜੀ ਕੋਈ ਗੱਲ ਇਦਾਂ ਵਾ ਵੀ ਪਹਿਲਾਂ ਵੀ ਵਪਾਰ ਕਰਦੇ ਹਾਂ ਮਾਲ ਖਰਿਆ ਹੋ ਸਕਦਾ ਵੀ ਵੀਡੀਓ ਤੋਂ ਵੱਧ ਹੀ ਵੇਚਦੇ ਹੀ ਹੈ। ਹਾਂਜੀ ਹਾਂਜੀ ਜਿਹੜਾ ਮਲ ਕੇ ਗੱਲ ਇਦਾਂ ਦੂਰ ਦੂਰ ਤੱਕ ਲੋਕਾਂ ਦੀ ਜਾਣ ਪਛਾਣ। ਬਿਲਕੁਲ ਜੀ ਜੇ ਤੇ ਲੈ ਆਪਾਂ ਵੀਡੀਓ 'ਚ ਪਿੱਛੇ ਕਹਿਤਾ। ਹਾਂਜੀ ਹਾਂਜੀ ਕਿਹੜੇ ਕਿਹੜੇ ਲੋਕਾਂ ਨੇ ਸਾਨੂੰ ਫੋਨ ਕਰ ਕਰਕੇ ਹਾਲ ਚਾਲ ਪੁੱਛਿਆ। ਬਿਲਕੁਲ ਕਈ ਵਿੱਚ ਤੁਸੀਂ ਝਾਉਦਾ ਦੇ ਵੀ ਹੈਗੇ ਹੋ ਕਹਿੰਦੇ ਵੀ ਚੰਗਾ ਵਧੀਆ ਗੱਲ। ਹਾਂਜੀ ਹਾਂਜੀ ਢਿੱਲੇ ਹੋਏ ਆ ਢਿੱਲੇ ਨਿਕਲੇ ਸਹੀ ਗੱਲ ਹੈ ਜੀ। ਮਿਹਨਤ ਤੁਹਾਡੇ ਨਾਲ ਮਿਹਨਤ ਕਰਕੇ ਬਿਲਕੁਲ ਭਾਜੀ ਬਿਲਕੁਲ ਮਲ ਕੇ ਢਿੱਲੇ ਹੋਏ ਆ ਸਰੀਰ ਦਾ ਨਹੀਂ ਪਤਾ ਸਰੀਰ ਦੇ ਵਿੱਚੋਂ ਕੀ ਨਿਕਲਦਾ। ਨਹੀਂ ਨਹੀਂ ਨਿਕਲਦਾ ਭਾਜੀ ਨਹੀਂ ਨਿਕਲਦਾ ਇਹ ਦੇ ਹੱਥ ਹੀ ਜੁੜੋ ਪ੍ਰਮਾਤਮਾ ਇਹੋ ਜਿਹਾ ਕੰਮ ਕਿਸੇ ਦੇ ਨਾਲ ਢਿੱਲਾ ਮੱਠਾ ਬੰਦਾ ਹੋਵੇ। ਨਹੀਂ ਨਹੀਂ ਭਾਜੀ ਬਿਲਕੁਲ ਨਾ ਤੇ ਮਲ ਕੇ ਡਾਕਟਰਾਂ ਦੇ ਮਲ ਕੇ ਪੇਸ਼ ਕੋਈ ਪਵੇ ਤੇ ਨਾ ਵਕੀਲਾ ਜੱਜਾਂ ਦੇ ਇਹ ਪਤਾ ਗੱਲ ਕੀ ਹੈ ਜਿਹੜਾ ਗੱਲ ਕਰਨ ਵਾਲਾ ਉਹ ਤੇ ਮਲ ਕੇ ਭਾਵੇਂ 100 ਬੰਦਾ ਆਪਾਂ ਨੂੰ ਚੰਗਾ ਆਖੇ ਇੱਕ ਮਾੜਾ ਕਹਿ ਦਿੰਦਾ ਤੇ ਲੋਕਾਂ ਨੇ ਉਹ ਮਾੜੀ ਗੱਲ ਨੂੰ ਛੇਤੀ ਨਾ ਫੜਨਾ। ਕਿਸੇ ਨੇ ਬਿਲਕੁਲ ਜੀ ਬਿਲਕੁਲ ਤੇ ਸੁਨੀਪ ਸਿੰਘ ਤੇਰਾ ਧੰਨਵਾਦ ਜਿਹੜਾ ਸਾਨੂੰ ਇੰਨੀ ਦੂਰ ਦੂਰ ਤੱਕ ਸਾਡੇ ਕੋਲ ਵੇਖ ਮਾਲਵਾ ਹਰਿਆਣਾ ਜੰਮੂ ਹਾਂਜੀ ਕਿਤੇ ਸਾਨੂੰ ਪਤਾ ਹੈ ਕਿ ਆ ਦੋਵਾਂ ਦੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਮਾਲ ਵੇਚ ਦਿੰਦੇ ਹਾਂ। ਸਹੀ ਸਹੀ ਗੱਲ ਹੈ ਵਪਾਰੀਆਂ ਨੇ ਲੈ ਇਹਨਾਂ ਤੇ ਅਸੀਂ ਬੜੇ ਖੁਸ਼ ਹਾਂ। ਬਿਲਕੁਲ ਜੀ ਮਲ ਕੇ ਸਾਰੇ ਬਲਟੀ ਬਲਟੀ ਬਣ ਗਏ ਜੀ ਬਲਟੀ ਬਲਟੀ ਬਿਲਕੁਲ ਭਾਜੀ ਕੈਨੇਡਾ ਅਮਰੀਕਾ ਵੇਖੋ ਤੁਹਾਨੂੰ ਫੋਨ ਲਾਈ ਜਾਂਦੇ ਨੇ। ਹਾਂਜੀ ਬੜੇ ਫੋਨ ਆਉਂਦੇ ਆ। ਹਾਂਜੀ ਤੇ ਬਹੁਤ ਬਹੁਤ ਸੁਨੀਸ਼ ਆ ਤੇਰਾ ਧੰਨਵਾਦ ਤੇ ਮਲ ਕੇ ਗੱਲ ਇਦਾਂ ਵੀ ਕੰਮ ਚੱਲੀ ਜਾਂਦੇ ਆ ਬੜੇ ਵਧੀਆ ਪੂਰਾ ਕੜਕ ਕੇ ਕੰਮ ਰੱਖਿਆ ਕਰੋ। ਇੱਕ ਗਾਹਕ ਘੱਟ ਆ ਗਿਆ ਤਾਂ ਵੀ ਉਹ ਹਾਲ ਜੀ ਤੇ ਦੋ ਗਾਹਕ ਵੱਧ ਆ ਗਏ ਤਾਂ ਵੀ ਉਹ ਹਾਲ ਬਿਲਕੁਲ ਬਿਲਕੁਲ ਜੀ ਐਂ ਐ ਕੋਈ ਚੱਕਰ ਖੁਸ਼ ਹੋ ਕੇ ਕੰਮ ਕਰਿਆ ਕਰੋ ਕੋਈ ਏਡੀ ਗੱਲ ਨਹੀਂ। ਨਹੀਂ ਖੁਸ਼ ਖੁਸ਼ ਰਹੀ ਮਨ ਮੇਰੀ ਗੱਲ ਸੁਣ ਟੈਨਸ਼ਨ ਨਾ ਲਿਆ ਕਰ ਮੇਰੇ ਤੇ ਜਿਹੜੇ ਜਿਹੜੇ ਕੰਮ ਪਏ ਆ ਨਾ। ਹਾਂਜੀ ਹਾਂਜੀ ਮੈਂ ਆਪਣੀਆਂ ਕਹਾਣੀਆਂ ਛੋਲਾ ਮੈਂ ਅੱਗੇ ਕਈ ਜਿਹੜੀਆਂ ਆਖਿਆ ਤੇ ਸੰਦੀਪ ਸ਼ਾਹ ਮੈਂ ਤੇ ਗੱਲ ਇਦਾਂ ਵੀ ਹੁਣ ਮਾਰੀ ਜਾਂਦਾ ਪਰ ਤਗੜੇ ਹੋ ਕੇ ਰਹੇ ਤੇ ਆ ਮਾਰ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਨਿਸ਼ਾ ਅੱਜ ਮਈਆਂ ਤੇ ਹੈਗੀਆਂ ਵੱਧ। ਹਾਂਜੀ ਵੇਖੀਆਂ ਵਾ ਅੱਜ ਪੰਜਵਾ ਹੁਣ ਅਸਦੇ ਵਿੱਚ ਤਿੰਨ ਗੱਭਣਾ ਲੱਗੇ ਪਾਉਣ ਠੀਕ ਆ ਗਾਂ ਸੂਈ ਆ। ਹਾਂਜੀ ਇੱਕ ਦੋਂਦੀ ਕੱਟੀ ਆ ਸੁਨੀਪ। ਅੱਛਾ ਦੋ ਦੰਦ ਝੋਟੀ 15 ਦਿਨਾਂ ਦੀ ਸੁਨੀਪ ਸਾ ਸੂਈ ਆ। ਅੱਛਾ ਜੀ ਕੱਟਾ ਮਗਰਵਾ ਠੀਕ ਆ ਪਿਓਰ ਦੋਂਦੀ ਦੋ ਦੰਦ ਆ ਦੇਖੋ 15 ਹੀ ਕਿਲੋ ਦੋ। ਅੱਛਾ ਹਾਂ 15 ਕਿਲੋ ਦਾ। ਹਾਂਜੀ ਜੇ 14 ਹੋਊਗਾ ਤਾਂ 10000 ਛੋੜ ਜਿੰਨੇ ਦਾ ਮੁੱਲ ਕਰਾਂ। ਵੇਖੋ ਜੀ ਦੋ ਦੰਦ ਝੋਟੀ 15 ਕਿਲੋ ਦੁੱਧ ਆ ਕੰਡੇ ਵਾਲਾ ਉਹ ਵੀ ਲੀਟਰ ਵਾਲਾ ਨਹੀਂ ਉਲਟ ਪੁਲਟ ਨਹੀਂ ਪੂਰਾ ਲੀਟਰ ਵਾਲਾ ਕੰਡੇ ਵਾਲਾ ਆ ਦੇਖੋ 14 ਆਜੂਗਾ। ਹਾਂਜੀ ਵੇਖੋ ਲੇਵਾ ਦੇਖੋ ਵੱਡੀ ਝੋਟੀ ਪੂਰੀ ਆ ਦੇਖੋ ਇਹ ਖੜੀ ਵੀ ਨਾਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਹ ਝੋਟੀ ਹੈ ਜੀ ਦੇਖੋ ਤੋਰੋ ਤੋਰੋ ਜੀ ਰਾਜਸਥਾਨ ਦੀ 3 ਮਈਆਂ 4 ਆਉਂਦੀਆਂ। ਅੱਛਾ ਜੀ ਹਾਂ ਦੰਦ ਵੀ ਚੈੱਕ ਕਰਾ ਲਈ ਦੰਦ ਵੀ ਚੈੱਕ ਕਰਾ ਲਈ ਵੱਡੀ ਝੋਟੀ ਪੂਰੀ ਨਸਲ ਵੇਖੋ ਜੀ ਪੂਰੀ ਕੁਆਲਿਟੀ ਝੋਟੀ ਆ ਲੋਹੀ ਲੋਹੀ ਆ ਗਈ ਬਾਈ ਲੋਹੀ ਲੋਹੀ ਝੋਟੀ ਰਾਜਸਥਾਨ ਦੀ ਝੋਟੀ। ਅੱਛਾ ਜੀ ਇੱਕ ਆ ਮੈਂ ਦੇਖੋ ਇੱਕ ਆ ਬੁਰੀ ਆਂਦੀ ਜਿੱਥੇ ਕੱਪੜੇ ਬਾ ਠੀਕ ਆ ਸੁਨੀਲ ਸਿੰਘ ਡੇਢ ਮੁੱਲ ਕਰ ਲਈਏ ਝੋਟੀ ਦਾ ਦੇਖ ਜੂਗੀ ਜਿੱਦਾਂ ਲੋਕੀ ਕਰਦੇ ਆ ਇੱਕ 10 ਦੀ ਦੇਣੀ ਆ ਸਿਰਫ ਹੀ ਸਿਰਫ ਇੱਕ 10 ਦੀ ਦੇਣੀ ਵਾਹ ਮਿਲਦਾ ਵਾ ਮਾਲ ਸੁਨੀਲ ਸਿੰਘ ਕਮਾਈ ਛੋਟੀ ਕਰੀਏ ਫੇਰ ਖੋਲੋ ਇੱਕ ਵਾਰੀ ਫੇਰ ਖੋਲੋ ਇੱਕ 40 ਜਾਂ ਇੱਕ ਡੇਢ ਵੀ ਮਾਰ ਬਿਲਕੁਲ ਜੈਲ ਕੀ ਮੈਨੂੰ ਜੀ ਇੱਕ ਲੱਗਦਾ ਉਹਨਾਂ ਦੀ ਮਾਨਦਰ ਕਰ ਦੋਗੇ ਭਾਈ ਜੀ ਤੁਹਾਨੂੰ ਤੇ ਪਤਾ ਹੀ ਹੋਣ ਲੱਗਾ ਵਾ। ਅੱਛਾ ਇਧਰੋਂ ਜਾ ਕੇ ਸਗੋਂ ਮੁਨਾਫੇ ਵੱਡੇ ਜੀ ਵੇਖੋ ਆ ਹਾਂ ਇਧਰੋਂ ਵੇਖੋ 1,10,000 ਦੀ ਸਾਰੀ ਉਹਦੇ ਦੇ ਮਾਨਦਰ ਤੁਹਾਡਾ ਪੂਰਾ ਖੁੱਲਾ ਕਰਨਗੇ ਹਾਂ ਸਰੀਰ ਵੇਖੋ ਲਿਆਓ ਜੱਗੀ ਜੀ ਮੋੜੋ ਆ ਦੇਖੋ ਵੇਖੋ ਹਾਂਜੀ ਨਹੀਂ ਬਾਈ ਇਹਦਾ ਅੱਠ ਨਹੀਂ ਲੈਣੇ 62 ਮੁੱਲ ਕਰਦੇ ਆ ਬਾਈ ਇਹਦਾ ਕਮਾਲ ਹੀ ਕਰਦੇ ਹੋ ਕੋਈ ਠੱਕ ਕਹਿੰਦਾ ਕੋਈ ਇਹੋ ਜੀਆਂ ਮਈਆਂ ਮਲ ਕੇ ਗੱਲ ਇਦਾਂ ਵਾ ਦੇਖੋ ਜੀ ਹੁਣ ਹਰਿਆਣਾ ਤੁਹਾਨੂੰ ਪਤਾ ਰੇਟ ਕੀ ਹੋਊਗਾ
ਇਹੋ ਜਿਹੇ ਮਈਆਂ ਨੇ ਘੱਟੋ ਘੱਟ ਦੋ ਲੱਤਾਂ ਜੇ ਸੰਦੀਪ ਸਿੰਘ ਉੱਥੇ ਫਿਰ ਕੇ ਲਈਏ ਨਾ ਹਾਂਜੀ ਫਿਰ ਕੇ ਲਈਏ ਹਾਂਜੀ ਹਾਂਜੀ ਜੋ ਉਧਰ ਵੀ ਘਰਾਂ ਚੋਂ ਇੱਕ 10 ਦੀ ਇੱਕ 15 ਦੀ ਇੱਕ 20 ਦੀ ਮਿਲ ਜਾਂਦੀ ਜੋੜੀ ਬਾ ਠੀਕ ਹੈ ਤੇ ਜੇ ਚੰਗਿਆਂ ਵੱਡਿਆਂ ਵਪਾਰੀਆਂ ਕੋ ਚਲੋ ਸਾਡੇ ਵੀ ਇਲਾਕੇ ਚ ਵਪਾਰੀ ਵੀਰ ਵੱਡੇ ਹੈਗੇ ਜੇ ਆਪਾਂ ਜਾ ਕੇ 1.5 ਲੱਖ ਦੀਆਂ ਲਵਾਂਗੇ ਤੇ ਫਿਰ ਤੇ ਅਸੀਂ ਵੀ ਆਣ ਕੇ ਇੱਥੇ ਮਿਲ ਕੇ ਗੱਲ ਇਦਾਂ ਵਾ ਵੀ ਪੌਣੇ 2 ਦੀ ਵੇਚਣ ਪਹਿਲਾਂ ਸਾਡੀ ਵਿਕਣੀ ਨਹੀਂ ਨਹੀਂ ਵਿਕਦੇ ਭਾਜੀ ਇਹੋ ਜੀ ਛੋਟੀ ਇੱਕ 10 ਦੀ ਇੱਕ 20 ਦੀ ਲਈ ਹੋਵੇ ਨਾ ਹਾਂਜੀ ਇੱਕ 5 ਦੀ ਵੇਚ ਦੋ ਖਰਚਾ ਬਾਅਦ ਖਰਚਾ ਬਾਅਦ ਇੱਕ 20 ਦੀ ਵੇਚ ਦੇ 5 ਦੀ ਵੇਚ ਦੇ ਬੜਾ ਬਹੁਤ ਆ ਭਾਜੀ ਬਹੁਤ ਆ ਇੱਕ 10 ਦੀ ਸੀ ਇਸ਼ਾ ਦੇਉਂ ਜੇ ਤਿੰਨਾਂ ਜ਼ਿਲ੍ਹਿਆਂ 'ਚ ਦੋਦੀ ਕੱਟੀ ਜੇ 15 ਕਿਲੋ ਵਾਲੀ ਕੋਈ ਤਿੰਨਾਂ ਜ਼ਿਲ੍ਹਿਆਂ 'ਚ ਇੱਕ 10 ਦੀ ਦੇ ਦੇ ਹਾਂਜੀ ਤੇ ਸੰਦੀਪ ਸਿੰਘ ਮੈਂ 10000 ਇਹਦੇ 'ਚੋਂ ਛੋੜ ਕਰ ਦੂੰ ਜੇ ਇਹਨੇ ਦੀ ਕੋਈ ਦੇ ਦੇ ਨਹੀਂ ਹੋਣੀ ਅਭੀ ਇਹਨੇ ਦੀ ਨਹੀਂ ਹੋਣੀ ਨਹੀਂ ਬਸ ਜੀ 15 ਦੀ ਬਸ ਮੈਂ ਕਹਿੰਦਾ ਸਿਰਾ ਹੀ ਹੋ ਗਿਆ ਜੀ ਭਾਈ ਇਹ ਦਵਰ ਦਾ ਇਹ ਬੁਰੀ ਆ ਗਈ ਇਹ ਵੀ ਉਧਰ ਆ ਗਈ ਜੀ ਹਾਂ ਛਿੱਗੀ ਨੇ ਇਹ ਵੀ ਦੱਸ ਦੋ ਇਹ ਹਾਂ ਉਹ ਤੇ 3 ਮਹੀਆਂ ਨੇ 3 ਮਹੀਆਂ ਜੀ ਵੱਡੀ ਮੈਂ ਜੀ ਵੇਖੋ ਸੰਦੀਪ ਸਿੰਘ ਮੁੰਡਾ ਬੇਟਾ ਆਪਣਾ ਜਿਹੜਾ ਆਇਆ ਨਾ ਹਾਂਜੀ ਹਾਂਜੀ ਵਿਆਹ ਬਾਅਦ ਹਾਂਜੀ ਹਾਂਜੀ ਉਹਦਾ ਡੈਡੀ ਭਾਵੇਂ ਮਹੀਨੇ ਦੀਆਂ 10 ਵੇਚ ਬਾ ਠੀਕ ਆ ਬਾ ਠੀਕ ਆ ਲੈਣੀਆਂ ਚੰਗੀਆਂ ਵਾ 6 ਦਾ ਝੋਟੇ ਬੂਰੀ ਪਿਓਰ ਕੁਆਲਿਟੀ ਬੋਲੇ ਵੀ 1.5 ਲੱਖ ਦੇ ਉਤਰਾ ਵੇਖ ਸਕਦੀ ਬੋਲੇ ਤਾਂ ਜਾਇਜ਼ ਹੀ ਕਰਨਾ ਇੰਨਾ ਵੀ ਮੁੱਲ ਜਾਇਜ਼ ਹੀ ਕਰਨਾ 15 ਕਿਲੋ ਦੁੱਧ 15 ਵੇਖੋ ਆ ਦੇਖੋ ਲੈਵਾ ਵੇਖੋ ਰੇਟ ਵੇਲੇ ਜੇ ਬਾਈ ਨਾ ਜਾਇਜ਼ ਵੇਲੇ ਉਹ ਬਸ ਕੰਮ ਸਿਰਾ ਹੀ ਕਰਾ ਦੇਣਾ ਅੱਜ ਆ ਆ ਦੇ ਇਹ ਵੀ ਦਾੜਾ ਵੇਖੋ ਇੱਧਰ ਵੇਖੋ ਚੱਡੇ ਨੂੰ ਮਗਦੀਆਂ ਇੱਧਰ ਵਖਾ ਦੇ ਬਾਈ ਇਹ ਥਾਣ ਥਾਣ ਕਿਹੜਾ ਜੀ ਹਫਤਾ ਖੜੂਗਾ ਪੂਰਾ ਪੀੜੀਆਂ ਦੇ ਪਾਵੇਂ ਵਾਲਾ ਪੀੜੀਆਂ ਪਾਵੇਂ ਥਾਣਾ ਆ ਜਾ ਥਣ ਤੇ ਭਾਰ ਵੀ ਮੋੜ ਆ ਜਾ ਵੇਖੋ ਪੀੜੀਆਂ ਪਾਵੇਂ ਥਾਣ ਵੇਖੋ ਕੁਆਲਿਟੀ ਝੋਟੀ ਦੀ ਆ ਕੋਈ ਨਾ ਦੂਸਰਾ ਝੋਟੀਆਂ ਨੂੰ ਪਈ ਹੋਊਗੀ ਬਾ ਠੀਕ ਹੈ ਜੀ ਉਹਦੀਆਂ ਨੇ ਕਈਆਂ ਉਧਰਦੀਆਂ ਨੇ ਉਧਰ ਦੀਆਂ ਬਾ ਠੀਕ ਹੈ ਭਾਜੀ ਠੀਕ ਹੈ ਠੀਕ ਸਾਡੇ ਵੀ ਸਾਡੇ ਸੱਜਣ ਸੁਨੇਸ਼ਾਂ ਬੜੇ ਬੜੇ ਹੈਗੇ ਬਾਹਰ ਹਾਂਜੀ 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 ਗੱਲ ਕੀ ਆ ਮੇਰਾ ਬੀਪੀ ਬਾਪੀ ਵਾਦਾ ਬੜਾ ਭੱਜ ਨੱਠ ਕਰਕੇ 20 ਸਾਲ ਹੋ ਗਏ ਵੇਖਿਆ ਹਾਂਜੀ ਹੁਣ ਸਬਰ ਸੰਤੋਖ ਦੀ ਆ ਕਿ ਜਾਂ ਇੱਥੇ ਨਹੀਂ ਤੇ ਸਿਰਫ ਐਰਕਾ ਨਾ ਮਤਲਬ ਕਿ ਉਦਾਂ ਹੀ ਗਏ ਹੋਣੇ ਵੀਰ ਨੇ ਸੱਦਿਆ ਜਿਹੜਾ ਰੀਪਰ ਲੈ ਕੇ ਆਉਂਦਾ ਨਾ ਇੱਧਰ ਸੰਗਰੂਰ ਵੱਲੋਂ ਤੂੰ ਆਉਂਦਾ ਤੈਨੂੰ ਗਾਹ ਖੜਨਾ ਵਾ ਹਾਂਜੀ ਤੇ ਚਲੋ ਉਹਦੇ ਨਾਲ ਜਾ ਕੇ ਫਿਰ ਕੇ ਝੋਟ ਗਲੀਆਂ ਬਾ ਠੀਕ ਆ ਸੰਦੀਪ ਸਿੰਘ ਇੱਕ 5 ਮੁੱਲ ਕਰ ਲਈਏ ਪੂਰੇ ਲੱਖ ਦੀ ਦੇਣੀ ਆ ਬਸ ਜੇ ਬੂਰੀ ਝੋਟੀ ਛਿੱਗੀ ਹਾਂਜੀ ਕੋਈ ਲੱਖ ਦੀ ਦੇ ਦੂ ਤੇ ਇਹ ਵੀ ਮੈਂ 10000 ਭਾਵੇਂ ਜਾਣ ਸਿਰ ਘਾਟਾ ਤੇ 10000 ਘਾਟੇ ਦਾ ਨਹੀਂ ਨਹੀਂ ਉਹਦਾ ਲੋਡ ਨਹੀਂ ਕਹਿੰਦੇ ਭਾਈ ਜੀ ਇਹਦੇ ਉੱਪਰ ਤਾਂ ਕੁਝ ਹੈ ਹੀ ਕੁਝ ਨਹੀਂ ਹੁੰਦਾ ਇਹਦੇ ਉੱਪਰ ਤਾਂ ਬਸ ਰੱਬ ਦਾ ਨਾਂ ਹੀ ਹੈ ਜੀ ਹੁਣ ਇਹ ਵੀ ਸੁਗਾ ਹੋ ਗਿਆ ਜੀ ਇਹ ਵੀ ਕੱਪੜੀ ਹੈ ਜੀ ਕੱਪੜੇ ਇਹ ਵੀ ਕੱਪੜਾ ਚਾਰ ਦਿਨ ਖੜੂਗੀ ਆ ਦੇਖੋ ਜੀ ਭਾਰਤੀ ਗਾਰੰਟੀ ਤੇ ਥਣਾ ਦੀ ਗਾਰੰਟੀ ਸੰਦੀਪ ਸਿੰਘ ਆਉਂਦਾ ਬਾ ਠੀਕ ਆ ਇਹ ਵੀ ਤੇਰੇ ਵੀਡੀਓ ਦੇ ਚੈਲੰਜ ਪੂਰਾ ਜੇ ਮਤਲਬ ਕਿ ਦਾੜ ਗੰਢ ਕੋਈ ਵੀ ਹੋਵੇ ਤੇ ਸੰਦੀਪ ਸਿੰਘ ਦੇਖੋ ਜੀ ਵੱਡੀਆਂ ਝੋਟੀਆਂ ਜੀ ਦਾ ਜੇ ਵੇਰੇਟ ਵੀ ਇੱਥੇ ਚਲੋ ਬਾਈਆਂ ਦਾ ਸਰਾਈ ਕਰਾਈ ਜਾਂਦੇ ਆ ਢੋਰੋਂ ਨੂੰ ਵੀ ਆ ਦੇਖੋ ਵੇਖੋ ਜੀ ਵੇਖੋ ਚੰਗੀਆਂ ਮੱਝਾਂ ਲੈ ਕੇ ਆਣੀ ਸਿਰੇ ਦੀ ਮੱਝਾਂ ਸੰਦੀਪ ਸਿੰਘ 15 ਕਿਲੋ ਝੋਟੀ ਨਾ ਦੁੱਧ ਕਰੇ ਨਾ ਠੀਕ ਆ ਇਹ ਵੀ ਗੱਲ ਲੋਕੀ ਆਦੇ ਨਾ ਕਿ ਗੱਬਣ ਦਾ ਕੋਈ ਪਤਾ ਨਹੀਂ ਜੇ 14-15 ਨਾ ਕਰੇ ਤੇ ਮੇਰੀ ਬਾ ਠੀਕ ਆ ਸੇਵਾ ਕਰਨੀ ਪਊ ਸੇਵਾ ਕਰਨੀ ਬਿਲਕੁਲ ਇਹਨਾਂ ਨੂੰ ਆਖੇ ਆ ਵੀਰ ਸਾਡਾ ਆ ਟਪਈਆਂ ਤੋਂ ਇਹਦੇ ਕੋਲ 25-25 ਕਿਲੋ ਵਾਲੀਆਂ ਮਈਆਂ ਵਾ ਬਾ ਠੀਕ ਸੇਵਾ ਕਰਨੀ ਪੈਂਦੀ ਆ ਹਾਂ ਸੇਵਾ ਵੀਰ ਟਪਈਆਂ ਦੇ ਵਾਲਾ ਵੀਡੀਓ ਸਾਡੀ ਇਹਦਾ ਭਰਾ ਵਾ ਸਾਡਾ ਠੀਕ ਹੈ ਜੀ ਪੁੱਛੋ ਕਿਹੜੀਆਂ ਕਿਹੜੇ ਝੋਟੇ ਦੇ ਮੈਂ ਸੇਵਾ ਕਰਨੀ ਸੇਵਾ ਸੇਵਾ ਨਾਲ ਭਾਜੀ ਸੇਵਾ ਨਾਲ ਹਾਂਜੀ ਇਹਦਾ ਵੀ ਇੱਕ ਵੀ ਮੰਗ ਲਈਏ 95 ਦੀ ਦੇਣੀ ਹਾਂ ਨਾ ਮੈਂ ਬਸ ਜੇ 95 ਦੀ ਦੇਣੀ ਆ ਜੇ ਕੋਈ ਆਖੇ ਨਾ ਵੀ ਇਹਨੇ ਇਧਰੋਂ ਲਈਆਂ ਮੇਰੇ ਨਾਲ ਚੱਲ ਜੇ ਮੈਂ ਵੀ ਜਾ ਕੇ ਉਧਰੋਂ ਲੈ ਦੂੰਗਾ ਨਹੀਂ 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 2000 ਰੁਪਇਆ ਮੈਨੂੰ ਦਲਾਲੀ ਦੇ ਦੇ ਇਹ ਨਾ ਕੋਈ ਆਖੇ ਵੀ ਭਾਉ ਦਲਾਲੀ ਤੇ ਆ ਗਿਆ ਕੋਈ ਗੱਲ ਹੀ ਨਹੀਂ ਫਿਰ ਕਿਹੜੀ ਗੱਲ ਫਿਰ ਕਿਹੜੀ ਹਾਂ ਬਿਲਕੁਲ ਜੀ ਆ ਜਾਓ ਆ ਦੇਖੋ ਜੀ ਦੇਖੋ ਇਹ ਵੀ ਕੱਪੜੀ ਹੈ ਜੀ ਦੂਜਾ ਸੂਆ ਆਪਣੀਆਂ ਨੇ ਸੁਈਆਂ ਕੱਲ ਵੇਖੀਆਂ ਹਾਂਜੀ ਚਲੋ ਕੋਈ ਗੱਲ ਨਹੀਂ ਇਹ ਜਾਂਦੀਆਂ ਵੇਖ ਕਿਵੇਂ ਚਲੋ ਜੀ ਜਿਹੜੇ ਸਾਸ ਰੇਟ ਪਾਈ ਜਾਂਦੇ ਜੀ ਇਹ ਉਡਣੀ ਆ ਦੇਖੋ ਕਿੱਡੀ ਮੈਂ ਬਹੁਤ ਵੱਡੀ ਮੈਂ ਵੱਡੀ ਮੱਝ ਹੈ ਜੀ ਪੂਰੀ ਆ ਦੇ ਵੱਡੀ ਝੋਟੀ 13-14 ਕਿਲੋ ਦੁੱਧ ਕੱਢੂਗੀ ਸੇਵਾ ਠੀਕ ਹੈ ਸੇਵਾ ਆ ਜਾਓ ਜੀ ਕਮਾ ਲਿਓ ਲਿਓ ਲੈ ਜਾਓ ਸਰ ਚਾਰੇ ਮਹੀਆਂ ਵਾ ਨਾ ਜੋ ਰੇਟ ਕੀਤਾ ਵਾ ਨਾ ਜੇ ਕਿਸੇ ਨੂੰ ਘੱਟ ਮਿਲਣਗੀਆਂ ਨਾ ਇਹ ਤੋਂ ਮੈਨੂੰ 2-2, 4-4 ਹਜ਼ਾਰ ਤੇ ਜੋ ਮੈਂ ਰੇਟ ਕੀਤਾ ਮੈਂ 10-10 ਹਜ਼ਾਰ ਮੁਨਾਫਾ ਦੇ ਕੇ ਮਹੀਆਂ ਲਿਆਵਾਂਗਾ ਠੀਕ ਹੈ ਥੱਲੇ ਦੋਵਾਂ ਤਿੰਨਾਂ ਜ਼ਿਲ੍ਹਿਆਂ 'ਚ ਮਿਲ ਜਾਣਗੀਆਂ ਬਾ ਠੀਕ ਆ ਚਲੋ ਬਾ ਠੀਕ ਆ ਜੀ ਪੜ ਤੋਰ ਪੁੱਤ ਇਹ ਸੂਈ ਹੈ ਜੀ ਇਹਨੂੰ 8 ਦਿਨ ਹੋਏ ਸੂਈ ਨੂੰ ਤੇ 11 ਲੀਟਰ ਦੁੱਧ ਆ ਰਿਹਾ 11 ਕਿਲੋ ਵੇਖੋ ਮੈਂ ਵੀ ਬਹੁਤ ਵੱਡੀ ਮੱਝ ਆ ਥੋੜੀ ਜੀ ਹੋਰ ਕਹਿ ਰਿਹਾ ਬਸ ਫਾਥੀ ਹੈ ਮੱਝਾਂ ਕਰੇ ਜੀ ਵੱਡੀ ਪੂਰੀ ਦੇਖੋ ਕੱਟਾ ਜੀ ਕੱਟਾ ਮਾਰ ਦੇ ਥੋੜੀ ਢਿੱਲੀ ਹੋ ਗਈ ਸੀ ਠੀਕ ਹੈ ਜੀ 10-11 ਕਿਲੋ ਮਿਲਦੀ ਜਦੋਂ ਦਾ ਹੈਗਾ ਆ ਜਾਓ ਜੱਗੀ ਜੀ ਕਮਾ ਲਿਓ ਕੱਟੀ ਮਗਰਾ ਕੋਈ ਗੱਲ ਨਹੀਂ ਕੱਟੀ ਆ ਗਈ
मैं बहुत वड्डी मां जी लाख दी अज वीडियो ते भावे कमाई नहीं करनी बस ठीक है क्योंकि तुरी तारी जी नहीं पाड़ा यार ही करना लाख दी बस ठीक है आ देखो जी कमाई नहीं होनी बिल्कुल सही जायज है। चलो हुन गां रहेगी जी एक आ जाओ गां रहेगी ओ खड़ी नूरा सुई है जी हां जी बहुत सोहनी रंग रुंग बड़ा प्यारा आज लिया जी कमा लिया माड़ा रस्सी पानी पी लात लुत नहीं चुक दी ठीक है ठंडी तीरी परसों की सुई है ऐसे 13 लीटर बोला होगा देखो जी आ पशु भाइयों को चेक करके चवाई करके लेके जाए मेरा वीर पूरी तसल लेना ठीक है कि नहीं भाई आज पता गल मुंडे ने बाहर आता बड़ा माल संदीप बिलकुल जी मैं जे नवे साल तो लैके हुण तक गिना ना हां जी हां 500-600 माझी वेगी वेगी इस तरीके ना मैं अंदाजा लाया जे भी पंजवीं वारी 100 कलिहारी ते 100 नुगदा ते 100 गानी मैं लियाउंदा ते पंजवीं वारी आ गया नवे साल तो लैके हुण तक। अच्छा ठीक है इत्थे अगे आ वीर आंदा सी कि मालिक दी कृपा नाल भाऊ तेरा नाम आ हां जी हां जी आ वीर मालिक केवल सुंदिया बिल्कुल जी बिल्कुल बिल्कुल जी मालिक आडे इलाके दे बड़े चंगीयां बइयां वड्डी चंगीयां बिल्कुल भाई जी बिल्कुल इत्थे आ ही करन गल करन संदीप साहब बड़ा माल वेच माल बिल्कुल पर हुण मुंडा बाहर वाला पता की आंदा हां जी आंदा भी डैडी भावे हफ्ते दियां 4 वेच ते भावे 5 वेच महीने दियां 10 जां 15 वेच दा ठीक है लियाउणियां चंगीयां लै गए चंगीयां लियाउणियां पता गल की जिहड़ी 60-62 वाली मैं सुनी ता मैं नहीं इह गल कहिंदा कल नूं लियाउणी वी आ लियाउणी वी आ 60-62 वाली आ ना मैं हांजी दोहां क महीनां बाद जदों खतम जी मतलब दुध तों घटण डै पई हांजी हांजी फिर लामा आवणा शुरू हांजी 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 ते लोक लामा सानूं अगले सूए तक जदों तक सुंदी नहीं कि मैं दा लामा सानूं देई जांदे देई जांदे बिल्कुल वीडियो दा करके बिल्कुल करके जदों ओदां वेखदे ओदों गल हो रही हांजी हांजी ओदों नहीं पल्ला सिद्धी गल फड़ाईदा हुण संदीप साहिब पल्ला फड़ाउणा पैणा पैंदा क्योंकि जिम्मेवारी हो जांदी बिल्कुल दूरों दूरों जिहड़े 200-300 किलोमीटर तों कर साडे कोई इत्थे आउंदे ना लोक साडा विश्वास बिल्कुल भाजी बिल्कुल कम है संदीप साहब पिंड अपना मतेयाल ठीक है जी बाबकाला जिला अंबरसर फोन नंबर 88 7362 69 सत श्री अकाल जी।